ਸਤਿ ਸ਼੍ਰੀ ਅਕਾਲ ਜੀ ਲੋਕ ਤੱਥ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਵੀ ਜਿਹੜੀ ਕੋ ਸੁਣਾਉਣ ਜਾ ਰਹੇ ਵੀ ਸੱਚੀ ਗੱਲ ਹੀ ਹੈ ਤਾਂ ਜੇ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਓ ਜਿਹੜੇ ਭੈਣ ਭਰਾਵਾਂ ਨੇ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਸਾਡਾ ਚੈਨਲ ਨਵਾਂ ਇਸ ਕਰਕੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਹੁਣ ਆਪਾਂ ਜਿਹੜੀ ਗੱਲ ਸੁਣਾਉਣ ਜਾ ਰਹੇ ਹਾਂ ਇਹ ਵੀ ਉਵੇਂ ਹੀ ਗੱਲ ਜੀ ਪਹਿਲਾਂ ਸੁਣਾ ਕੇ ਹਟੇ ਹਾਂ ਤੁਸੀਂ ਕਹੋਗੇ ਵੀ ਪਤਾ ਨਹੀਂ ਇਹ ਵੀ ਪੁੱਤੀ ਮਾੜੇ ਹੁੰਦੇ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਪੁੱਤ ਮਾੜੇ ਹੁੰਦੇ ਕੁਛ ਕੁ ਹੁੰਦੇ ਬੱਚੇ ਵਿੱਚ ਇਹੋ ਜਿਹੇ ਉਹਨਾਂ ਦੀਆਂ ਗੱਲਾਂ ਚੱਲਦੀਆਂ ਕੁਛ ਬੜੇ ਚੰਗੇ ਹੁੰਦੇ ਪੁੱਤ ਵੀ ਤਾਂ ਇਸ ਕਰਕੇ ਆਪਾਂ ਇਹਨਾਂ ਦੀ ਗੱਲ ਸੁਣਾਉਣਾ ਚਾਹੁੰਦੇ ਹਾਂ ਪਹਿਲਾਂ ਇਹਦੀ ਗੱਲ ਸੁਣਾਈ ਉਹ ਮੇਰੇ ਛੋਟੇ ਨਣਦ ਸੀ ਭੈਣ ਜੀ ਤਾਂ ਇਹ ਵੱਡੀ ਨਣਦ ਹੈ ਮੇਰੀ ਭੈਣ ਜੀ ਇਹ ਅੱਜ ਗੱਲ ਸੁਣਾਉਣਗੇ ਵੀ ਪਿੰਡਾਂ ਦੀ ਗੱਲ ਹੀ ਸੁਣਾਉਣਗੇ ਸਾਡੇ ਕੋਲ ਆਏ ਹੋਏ ਸੀ ਤਾਂ ਅਸੀਂ ਇਹਨਾਂ ਨੇ ਸਾਨੂੰ ਵੈਸੇ ਹੀ ਗੱਲ ਕੀਤੀ ਸਾਡੇ ਕੋਲ ਵੀ ਐਂ ਹੋਇਆ ਪਿਆ ਦੇਖ ਲਓ ਅੱਜ ਕੱਲ੍ਹ ਤਾਂ ਚੱਲ ਅਸੀਂ ਤਾਂ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਅਸੀਂ ਗੱਲ ਇਸ ਕਰਕੇ ਚਲੋ ਇਹ ਹੁਣ ਭੈਣ ਜੀ ਗੱਲ ਸੁਣਾਉਣਗੇ ਹਾਂਜੀ ਬੁੜੀ ਨੇ ਚਾਰ ਧੀਆਂ ਤੀਆਂ ਅੱਛਾ ਜੀ ਤਿੰਨ ਇੱਕ ਥਾਂ ਤੀਆਂ ਇੱਕ ਅਲੱਗ ਤੀ ਅੱਛਾ ਅਲੱਗ ਅਲੱਗ ਤੀ ਇੱਕ ਭਰਾ ਤੀ ਤਿੰਨਾਂ ਭੈਣਾਂ ਦੇ ਅੱਛਾ ਉਹਨੂੰ 14 ਸਾਲ ਹੋ ਗਏ ਤੇ ਮਾਂ ਨੂੰ ਧੀਆਂ ਕੋਲੇ ਆਈ ਨੂੰ ਆਈ ਤਾਂ ਮਿਲਣ ਤੀ ਅੱਛਾ ਉਹ ਮਿਲਣ ਆਈ ਜਦ ਚੱਲ ਪੁੱਤ ਕੱਲਾ ਤੀ ਨਾ ਪੁੱਤ ਨੂੰ ਕਹਿਣ ਜੋਗਰੀ ਨਾ ਨੂੰ ਕਹਿਣ ਜੋਗਰੀ ਕੋਈ ਗੱਲ ਅੰਦਰੇ ਅੰਦਰ ਰੱਖੀ ਗਈ ਧੀਆਂ ਕੋਲੇ ਬੈਠ ਗਈ ਆ ਕੇ ਨਾ ਪੁੱਤ ਨੇ ਪੁੱਛਿਆ ਨਾ ਨੂੰ ਨੇ ਪੁੱਛਿਆ ਵੀ ਮਾਂ ਤੇਰਾ ਕੀ ਹਾਲ ਹੈ ਤੂੰ ਇੱਥੇ ਕਿਉਂ ਬੈਠੀ ਆ ਸਾਡੇ ਕੋਲੇ ਆ ਜਾ 14 ਸਾਲ ਬੈਠੀ ਰਹੀ ਜਮਾਂ ਵਡੇਪਾ ਆ ਗਿਆ ਪੂਰਾ ਹੀ ਗਾਹਾਂ ਧੀ ਦੇ ਇੱਕ ਨੇ ਸਾਂਭ ਕੇ ਰੱਖੀ ਵੱਡੀ ਨੇ ਛੋਟੀਆਂ ਚੱਲ ਆਪੋ ਆਪਦੇ ਘਰ ਦੀਆਂ ਥੀਆਂ ਉਹ ਕਹਿੰਦੀ ਕੋਈ ਗੱਲ ਨਹੀਂ ਮੇਰੇ ਧੀ ਨਹੀਂ ਹੈਗੀ ਮੈਂ ਮਾਂ ਨੂੰ ਸਾਂਭ ਲਊਂਗੀ ਅੱਛਾ ਜੀ ਉਹਨੇ ਮਾਂ ਸਾਂਭੀ ਜਦ ਪੁੱਤ ਉਹਦੇ ਫੌਜੀ ਹੋ ਗਏ ਦੋਤੇ ਫੌਜੀ ਹੋ ਗਏ ਬੁੜੀ ਦੇ ਅੱਛਾ ਬੁੜੀ ਦੇ ਦੋਤੇ ਫੌਜੀ ਹੋ ਗਏ ਜਦ ਬੁੜੀ ਦੇ 14 ਸਾਲਾਂ ਗਏ ਲੋਂ ਵੱਡੇ ਪਾ ਕੇ ਜਦ ਸੁਰਗਵਾਸ ਹੋਣ ਲੱਗੀ ਪੁੱਤ ਨੂੰ ਵੀ ਫੋਨ ਕਰਤਾ ਭੈਣ ਨੇ ਭਾਈ ਨੂੰ ਫੋਨ ਕਰਿਆ ਵੀ ਭਾਈ ਆਪਣੀ ਮਾਂ ਸੁਰਗਵਾਸ ਹੋ ਗਈ ਆ ਗਿਆ ਲੈਣ ਦੋਤਿਆਂ ਨੂੰ ਵੀ ਕਰਤਾ ਉਹ ਕਹਿੰਦੇ ਵੀ ਬੇਬੇ ਸਾਡੀ ਨਾਨੀ ਨੂੰ ਚੱਕਰ ਨਹੀਂ ਦੇਣੀ ਹੈਗੀ ਵੀ ਸਾਡੀ ਨਾਨੀ ਨੂੰ ਆਪ ਦਾਹ ਕਰਾਂਗੇ ਅੱਛਾ ਸੰਸਕਾਰ ਕਰਾਂਗੇ ਅਸੀਂ ਉਹ ਖੜ ਗਏ ਉਹ ਕਹੇ ਮੈਂ ਅੱਜ ਲੈ ਜਾਣਾ ਉਹ ਹੋਰ ਦੂਜੀਆਂ ਭੈਣਾਂ ਵੀ ਕਹਿੰਦੀਆਂ ਵੀ ਜਦੋਂ ਸਾਨੂੰ 14 ਸਾਲ ਹੋ ਗਏ ਰੱਖਦਿਆਂ ਨੂੰ ਵੀ ਅੱਜ ਤੈਨੂੰ ਸੁਰਤ ਆ ਗਈ ਉਹ ਤਾਂ ਤੂੰ ਲਿਆ ਨਾ ਸਾਡੇ ਕਹਿਆਂ ਤੋਂ ਵੀ ਅੱਜ ਤੂੰ ਲੈਣ ਆ ਗਿਆ ਇਹਨੂੰ ਵੀ ਅਸੀਂ ਨਹੀਂ ਦਿੰਦੇ ਹਾਂਗੇ ਦੋਤੇ ਆ ਗਏ ਬੁੜੀ ਦੇ ਆ ਕੇ ਸੰਸਕਾਰ ਕਰਤੇ ਸੰਸਕਾਰ ਕਰਕੇ ਚੱਲ ਆਪ ਨੂੰ ਵੱਗ ਗਏ ਉਹਨਾਂ ਨੇ ਭੋਗ ਪਖੰਡ ਪਾਠ ਕਰਾਇਆ ਭੋਗ ਪਾਤਾ ਵਧੀਆ ਸੋਹਣਾ ਜਿਹਾ ਜਿਹਾ ਬੁੜੇ ਬੁੜੀਆਂ ਦਾ ਕਰਦੇ ਹੁੰਦੇ ਨੇ ਉਹ ਕਹਿੰਦੇ ਵੀ ਸਾਨੂੰ ਸਾਡੀ ਨਾਨੀ ਦੁਪਹਿਰੀ ਹੈ ਅੱਜ ਨੇ ਵੀ ਪੁੱਤਾਂ ਬਿਨਾਂ ਸਰਤਾ ਹੈ ਹੀ ਨਹੀਂ ਵੀ ਆਪਣੀ ਦੀਵੇ ਨਾਲ ਬੱਤੀ ਨਹੀਂ ਲੱਗਦੀ ਵੀ ਐਸੀ ਵੈਸੀ ਗੱਲ ਹੁੰਦੀ ਹੈ ਪਰ ਪੁੱਤਾਂ ਦਾ ਮਾਪਿਆਂ ਨਾਲੋਂ ਇੰਨਾ ਮੋਹ ਕਿਉਂ ਟੁੱਟਦਾ ਹੈਗਾ ਵੀ ਪੁੱਤਾਂ ਨੂੰ ਕਿਉਂ ਨਹੀਂ ਧੀਆਂ ਜਿੰਨਾ ਹੇਜ ਹੁੰਦਾ ਹੈ ਮਾਂ ਬਾਪਾਂ ਦਾ ਮਾਂ ਤਾਂ ਗਿੱਲੇ 'ਚ ਪੈ ਕੇ ਸੁੱਕੇ 'ਚ ਪੁੱਤ ਨੂੰ ਪਾ ਕੇ ਪਾਲਦੀ ਹੈ ਐਸੀ ਐਸੀ ਗੱਲ ਹੋਣੀ ਨਹੀਂ ਚਾਹੀਦੀ ਵਡੇਪੇ ਵੇਲੇ ਪੁੱਤ ਕੀ ਕਰਦੇ ਆ ਨਾ ਜੀ ਬਗਾਨੀਆਂ ਧੀਆਂ ਸਿਰ 'ਤੇ ਛੱਡ ਦਿੰਦੇ ਆ ਅਸਲੀ ਗੱਲ ਇਹ ਮੈਂ ਤੁਹਾਨੂੰ ਦੱਸਦੀ ਉਹਨਾਂ ਨੂੰ ਬਗਾਨੀ ਧੀ 'ਤੇ ਇੰਨਾ ਭਰੋਸਾ ਹੋ ਜਾਂਦਾ ਕਿਉਂ ਜਦੋਂ 20 ਸਾਲ 30 ਸਾਲ ਆਪਾਂ ਇਕੱਠੇ ਰਹਿੰਦੇ ਹਾਂ ਤਾਂ ਉਹਦੇ ਆਪਦੇ ਬੱਚੇ ਹੋ ਜਾਂਦੇ ਤੂੰ ਇੰਨੇ ਬਿਜ਼ੀ ਹੋ ਜਾਂਦੇ ਆਪਦੇ ਬੱਚਿਆਂ 'ਚ ਆਪਦੇ ਪਰਿਵਾਰ ਦੇ ਵਿੱਚ ਤੂੰ ਆਪਦੀ ਜਨਾਨੀ 'ਤੇ ਭਰੋਸਾ ਕਰਨਾ ਪੈਂਦਾ ਦੇਖੋ ਨਹੀਂ ਭਰੋਸਾ ਕਰੂ ਘਰ ਨਹੀਂ ਚੱਲਦਾ ਫਿਰ ਉਹ ਆਪਦੇ ਮਾਂ ਪਿਓ ਨੂੰ ਉਹਨਾਂ ਦੇ ਭਰੋਸੇ ਛੱਡ ਦਿੰਦੇ ਆਪ ਕੰਮ 'ਤੇ ਜਾਂਦੇ ਮਜਬੂਰੀ ਜਾਣਾ ਵੀ ਪੈਂਦਾ ਦੇਖੋ ਤਾਂ ਉਹ ਕਹਿੰਦੇ ਵੀ ਠੀਕ ਹੈ ਅੱਜ ਤਾਂ ਉਹਨੇ ਪੁੱਛ ਲਿਆ ਮਾਤਾ ਨੂੰ ਰੋਟੀ ਖਾ ਲਈ ਕਹਿੰਦੀ ਹਾਂ ਖਾ ਲਈ ਦੂਜੇ ਨੂੰ ਸੋਚਦੇ ਤੀਜੇ ਦਿਨ ਵੀ ਮਾਤਾ ਨੇ ਖਾ ਲਈ ਹੋਣੀ ਹੈ ਵੀ ਟਾਈਮ ਹੈ ਉਹਦਾ ਰੋਜ਼ ਰੋਟੀ ਦਿੰਦੇ ਆ ਮੇਰੇ ਘਰ ਦੇ ਸੰਭਾਲਦੇ ਆ ਤਾਂ ਪਰ ਘਰ ਦੇ ਉਸ ਟਾਈਮ 'ਤੇ ਜਾ ਕੇ ਗਲਤ ਫਾਇਦਾ ਉਠਾਉਣ ਲੱਗ ਜਾਂਦੇ ਜਦੋਂ ਬੁੜੇ ਬੁੜੀਆਂ ਹਾਰ ਜਾਂਦੇ ਨਾ ਪਹਿਲਾਂ ਤਾਂ ਉਹ ਵੀ ਵਧੀਆ ਰਹਿੰਦੇ ਜਦੋਂ ਬਿਲਕੁਲ ਉਹਨਾਂ ਦਾ ਸਰੀਰ ਜਵਾਬ ਦੇ ਜਾਂਦਾ ਤਾਂ ਬੰਦਾ ਵੀ ਇੰਨਾ ਮਜਬੂਰ ਹੋ ਜਾਂਦਾ ਨਾ ਤੂੰ ਜਨਾਨੀ ਕੁਛ ਕਹਿੰਦੇ ਬੱਚੇ ਬਰਾਬਰ ਦੇ ਹੋ ਜਾਂਦੇ ਨੇ ਕਿ ਉਹ ਕਹਿੰਦੀ ਮੈਂ ਘਰ ਛੱਡ ਕੇ ਜਾਂਦੀ ਹਾਂ ਫਿਰ ਬੱਚੇ ਉਹਦੀ ਮਾਂ ਨਾਲ ਖੜੇ ਹੋ ਜਾਂਦੇ ਦੇਖੇ ਬਹੁਤ ਘਰਾਂ 'ਚ ਸਾਰਾ ਕੁਛ ਹੁੰਦਾ ਤਾਂ ਉਹ ਫਿਰ ਉਸ ਟਾਈਮ 'ਤੇ ਸਾਰਾ ਅੱਗ ਜਿਹੜਾ ਕੋਈ ਪਿਛਲਾ ਕੋਈ ਢਿੱਡ 'ਚ ਹੁੰਦਾ ਉਹਦੇ ਉਹ ਕੱਢਦੀਆਂ ਨੇ ਉਸ ਟਾਈਮ 'ਤੇ ਨੂੰਹਾਂ ਜਾ ਕੇ ਵੀ ਹਾਂ ਫਲਾਣੇ ਵੀ ਸੱਸ ਨੇ ਐਂ ਕੀਤਾ ਸੀ ਮੇਰੇ ਨਾਲ ਹੁਣ ਉਹ ਫਸੀ ਹੋਈ ਹੈ ਮੈਨੂੰ ਤਾਂ ਇਹ ਬਹੁਤ ਮਾੜੀ ਗੱਲ ਹੈ ਉਹਨਾਂ ਨੇ ਬੁੜੇ ਹੋਣਾ ਇੱਕ ਦਿਨ ਦੇਖੋ ਇਹ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਬੰਦਾ ਵਿਚਾਰਾ ਕੀ ਕਰੇ ਕੁਛ ਕਰ ਵੀ ਨਹੀਂ ਸਕਦਾ ਉਹ ਤਾਂ ਬਹੁਤ ਦੋ ਪਾਸੇ ਫਸ ਜਾਂਦਾ ਬੰਦਾ ਆਪਾਂ ਬੰਦੇ ਨਹੀਂ ਕਹਿੰਦੇ ਮਾੜਾ ਪੁੱਤ ਮਾੜਾ ਉਹ ਕਈ ਵਾਰੀ ਇੰਨਾ ਮਜਬੂਰ ਹੋ ਜਾਂਦਾ ਜਨਾਨੀ ਕਹਿੰਦੀ ਇਹ ਰੱਖਣੀ ਨਹੀਂ ਇਹ ਮਾਤਾ ਨੂੰ ਰੱਖਣੀ ਨਹੀਂ ਕਰੇ ਮਾਤਾ ਨੂੰ ਕਿੱਥੇ ਸਿੱਟੇ ਉਹ ਛੇਕ ਜਨਾਨੀ ਮੂਹਰੇ ਚੁੱਪ ਕਰ ਜਾਂਦਾ ਦੋ ਰੋਟੀਆਂ ਜਿਵੇਂ ਦਿੰਦੀ ਮੇਰੀ ਮਨ ਦੇਈ ਜਾਵੇ ਤਾਂ ਇਹ ਬਣਦਾ ਸਾਰਿਆਂ ਨਾਲ ਬਹੁਤ ਘਰਾਂ 'ਚ ਦੇਖੀ ਆਪਾਂ ਇਹ ਗੱਲਬਾਤ ਤਾਂ ਮਾਵਾਂ ਤਾਂ ਇੰਨਾ ਡਰਦੀਆਂ ਨਾ ਪੁੱਤ ਨੂੰ ਦੱਸਦੀਆਂ ਨਹੀਂ ਵੀ ਅੱਜ ਮੇਰੇ ਨੂੰਹ ਨੇ ਮੈਨੂੰ ਆਹ ਕਹਿਤਾ
ਕਹਿੰਦੇ ਨਾ ਮੇਰੇ ਪੁੱਤ ਦਾ ਕਲੇਸ਼ ਪੈ ਜੂਗਾ, ਮੇਰੇ ਪੁੱਤ ਦਾ ਘਰ ਟੁੱਟ ਜੂਗਾ, ਨੂੰਹ ਤੇ ਪੁੱਤ ਲੜਨਗੇ ਮੇਰੇ। ਉਹ ਮਾਵਾਂ ਇੰਨਾ ਸੋਚਦੀਆਂ ਨੇ ਪੁੱਤਾਂ ਵਾਸਤੇ, ਤਾਂ ਪੁੱਤਾਂ ਨੂੰ ਦੋਸ਼ ਨਹੀਂ ਦਿੰਦੇ ਇਹ 'ਚ, ਉਹ ਵੀ ਮਜਬੂਰ ਹੁੰਦੇ ਉਸ ਟਾਈਮ 'ਤੇ। ਪਰ ਆਪਾਂ ਇਹ ਕਹਿ ਰਹੇ ਹਾਂ ਥੋੜ੍ਹਾ ਜਿਹਾ ਧਿਆਨ ਕਰ ਲਓ ਆਪਦੇ ਮਾਂ ਪਿਓ ਨੂੰ, ਸ਼ਾਮ ਨੂੰ ਆ ਕੇ ਪੁੱਛ ਲਓ ਵੀ ਤੁਹਾਨੂੰ ਰੋਟੀ ਟੁੱਕ ਟਾਈਮ ਨਾਲ ਮਿਲ ਹੀ ਜਾਂਦਾ, ਰੀੜਾ ਕੱਪੜਾ ਧੋਤਾ ਮਿਲ ਹੀ ਜਾਂਦਾ, ਤਾਂ ਇੰਨਾ ਕੁ ਜ਼ਰੂਰ ਕਰ ਲਓ ਉਹਨਾਂ ਵਾਸਤੇ। ਉਹਦਾ 10 ਮਿੰਟ ਮੰਜੇ 'ਤੇ ਬਹਿ ਜਾਓ, ਉਹਨਾਂ ਨੂੰ ਇਹ ਲੱਗੂਗਾ ਬਸ ਸਾਨੂੰ ਤਾਂ ਸਾਰਾ ਹੀ ਸੁੱਖ ਮਿਲ ਗਏ ਜਹਾਨ ਦੇ, ਵੀ ਸਾਡਾ ਪੁੱਤ 10 ਮਿੰਟ ਸਾਡੇ ਕੋਲ ਬਹਿ ਗਿਆ, ਆ ਕੇ ਸਾਡਾ ਦੁੱਖ ਸੁੱਖ ਪੁੱਛ ਲਿਆ। ਤਾਂ ਬਸ ਆਪਾਂ ਇਹੀ ਕਹਾਂਗੇ, ਆਪਣੀ ਇਹੀ ਬੇਨਤੀ ਹੈ, ਮਾਂ ਪਿਓ ਨੂੰ ਸੰਭਾਲ ਕੇ ਰੱਖੋ ਜੀ ਪਲੀਜ਼। ਆਪਦੇ ਮਾਂ ਪਿਓ ਕਿਤੋਂ ਨਹੀਂ ਬਣਦੇ ਇਹ ਮਾਂ ਪਿਓ, ਜਦੋਂ ਮਾਂ ਪਿਓ ਬਚਦੇ ਨੇ ਨਾ ਆਪਣੇ ਚਲੇ ਜਾਂਦੇ, ਆਪਾਂ ਨੂੰ ਉਦੋਂ ਯਾਦ ਆਉਂਦੀ ਪੁਰਾਣੀ ਗੱਲਾਂ ਉਹਨਾਂ ਦੀ, ਵੀ ਉਹ ਕੀ ਸੀਗੇ, ਕੀ ਕਰਿਆ ਉਹਨਾਂ ਨੇ ਆਪਣੇ ਵਾਸਤੇ। ਕਿਉਂ ਆਪਾਂ ਮਾਂ ਬਾਪ ਉਦੋਂ ਨੂੰ ਆਪ ਬਣ ਜਾਂਦੇ ਹਾਂ, ਆਪਾਂ ਮਾਂ ਬਾਪ ਬਣਦੇ ਫਿਰ ਆਪਣੇ ਨੂੰ ਬਣਨ ਲੱਗ ਜਾਂਦੀਆਂ ਉਹ ਜੀਆਂ, ਅਤੇ ਫਿਰ ਆਪਾਂ ਨੂੰ ਉਹ ਯਾਦ ਆਉਂਦੇ, ਉਸ ਟਾਈਮ ਤਾਂ ਕੋਈ ਫਾਇਦੇ ਨਹੀਂ ਯਾਦ ਕੀਤੇ ਉਹਨਾਂ ਨੂੰ। ਤਾਂ ਪਲੀਜ਼ ਉਹਨਾਂ ਨੂੰ ਸਾਂਭ ਕੇ ਰੱਖੋ, ਆਪਾਂ ਇਹੀ ਕਹਿਣਾ ਚਾਹੁੰਦੇ, ਇਹੀ ਗੱਲ ਹੈ ਆਪਣੀ ਅੱਜ ਦੀ, ਸੱਚੀਆਂ ਗੱਲਾਂ ਨੇ ਇਹ, ਕਹਾਣੀਆਂ ਨਹੀਂ ਹੈਗੀਆਂ। ਤਾਂ ਇਸ ਕਰਕੇ ਜੇ ਸਾਡੀਆਂ ਗੱਲਾਂ ਚੰਗੀਆਂ ਲੱਗਣ ਤਾਂ ਜ਼ਰੂਰ ਸ਼ੇਅਰ ਕਰ ਦਿਆ ਕਰੋ ਇਹ ਜਿਹੀਆਂ ਗੱਲਾਂ, ਸਾਡੀ ਸਾਰੀ ਗੱਲਬਾਤ ਸੁਣਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।